ਸਤਿ ਸ੍ਰੀ ਅਕਾਲ ਸਾਰਿਆਂ ਨੂੰ, ਕਿਵੇਂ ਆ, ਤੁਹਾਡਾ ਹਾਲ ਚਾਲ। ਅੱਜ ਆਪਾਂ ਬੈਕ ਆਏ ਹਾਂ ਇੱਕ ਹੋਰ ਵੀਡੀਓ ਦੇ ਵਿੱਚ, ਅਤੇ ਅੱਜ ਆਪਾਂ ਟੂਰਨਾਮੈਂਟ ਨਹੀਂ ਜਾਂਦੇ ਇੱਕ ਹੋਰ, ਅੱਜ ਆਪਾਂ ਜਾਵਾਂਗੇ 7 Sisters Fall ਜਾਵਾਂਗੇ ਵਿਨੀਪੈਗ ਦੇ ਵਿੱਚ, ਅਤੇ ਤੁਹਾਨੂੰ ਐਡਰੈਸ ਲਿਖ ਦਾਂਗੇ ਆਪਾਂ ਡਿਸਕ੍ਰਿਪਸ਼ਨ ਵਿੱਚ, ਅਤੇ ਉੱਥੇ ਜਾ ਕੇ ਆਪਾਂ ਸਾਰਾ ਕੁਛ ਦੇਖਾਂਗੇ ਕਿਹੋ ਜਿਹਾ ਵਾ, ਅਤੇ ਘੁੰਮਾਂਗੇ ਉੱਥੇ। ਹੁਣ ਆਪਣੇ 3 ਹਫ਼ਤੇ ਰਹਿ ਗਏ ਸਕੂਲ ਦੇ, ਤਾਂ ਹੀ ਆਪਾਂ ਨੇ ਤੋਂ ਜਿੰਨਾ ਹੈ ਨਾ ਘੁੰਮਿਆ ਜਾਂਦਾ ਘੁੰਮੀਏ। ਅਤੇ ਆਪਣਾ ਛੋਟਾ ਜਿਹਾ ਖੇਤ ਹੈ ਜੀ, ਆਪਾਂ ਛੋਟਾ ਜਿਹਾ ਖੇਤ ਬਣਾਇਆ ਇੱਥੇ, ਆ ਦੇਖੋ ਦੇਖੋ ਇੱਧਰ ਤੱਕ ਆ ਜਾਂਦਾ ਪਿੱਛੇ ਨੂੰ ਆਏ ਜੀ, ਪਿੱਛੇ ਤੱਕ ਐਕਸਟੈਂਡ ਹੋ ਜਾਂਦਾ, ਇੱਧਰ ਵੀ ਆ ਜਾਂਦਾ। ਅਤੇ ਆਪਣਾ ਇੱਕ ਚੈਰੀ ਟ੍ਰੀ ਲੱਗਿਆ ਵਾ ਬਾਹਰ ਦੇ ਕਿ ਉੱਧਰ ਪਿਆ, ਅਤੇ ਹੋਰ ਆਪਣੇ ਪਲਾਂਟ ਲੱਗੇ ਹੋਏ ਉਹ ਚਿੜੀਆਂ ਦਾ ਦਾਣਿਆਂ ਦਾ ਲਾਇਆ। ਚਲੋ ਫਿਰ ਲੱਗੀਏ ਵੀਡੀਓ ਦੇ ਵਿੱਚ। ਦੇਖੋ ਹੁਣ ਆਪਾਂ 7 Sisters Falls ਜਾਈ ਜਾਂਦੇ ਹਾਂ ਇੱਧਰ ਦੀ, ਆਹ ਦੇਖੋ ਮੂਰੇ ਰੋਡ ਜਾਈ ਜਾਂਦਾ ਵਾ, ਬਸ ਆਪਾਂ 10 ਮਿੰਟਾਂ ਵਿੱਚ ਪਹੁੰਚਣ ਵਾਲੇ ਉੱਥੇ। ਇਹ ਆ 7 Sisters Falls ਵਿੱਚ ਜਾਣ ਲੱਗੇ, ਆਹ ਵੇਖੋ ਜੀ ਆਹ ਮਸ਼ੀਨਾਂ ਹੋਰ ਇੱਧਰ ਦੇਖੋ ਕਿੰਨੀਆਂ ਖੜੀਆਂ ਹੋਈਆਂ ਵਾ, ਦੇਖੋ ਸਾਰੀਆਂ ਬਸ ਖੇਤਾਂ ਵਾਸਤੇ ਬਣੀਆਂ ਹੋਈਆਂ ਵਾ ਸਾਰੀਆਂ। ਪਹੁੰਚ ਗਏ ਇਹ ਛੋਟਾ ਜਿਹਾ ਇੱਧਰ ਟਾਊਨ ਸੀ ਆਪਣਾ ਹੈ ਨਾ, ਅਤੇ ਇੱਧਰ ਦੀ ਆਪਣਾ ਡੈਮ ਆ ਜਾਣਾ ਹੈ ਨਾ, ਉੱਧਰ ਨੂੰ ਹੋਊਗਾ ਉੱਧਰ ਕਿਤੇ ਹੈ ਨਾ, ਉੱਧਰ ਉੱਤੇ ਜਾ ਕੇ ਆਪਾਂ ਦੇਖ ਕੇ ਆਉਣਾ ਵਾ, ਜੇ ਕੋਈ ਬੈਠਣਾ ਲੈ ਹੀ ਆਵਾ ਫਿਰ ਸਾਰਾ ਸਮਾਨ ਲੈ ਕੇ ਜਾਵਾਂਗੇ, ਉੱਤੋਂ ਦੇਖ ਕੇ ਆਵਾਂਗੇ। ਫਿਰ ਡੈਮ ਦੇ ਵਿੱਚ ਪਾਣੀ ਹੋਊਗਾ, ਦੇਖਾਂਗੇ ਪੂਰੇ ਮਜ਼ਾ ਕਰਾਂਗੇ। ਉਹ ਦੇਖੋ ਅਤੇ ਹਾਂਜੀ ਦੇਖੋ ਵਾਰਨਿੰਗ ਨੋ ਪਾਰਕਿੰਗ ਬਿਯੋਂਡ ਦਿਸ ਪੁਆਇੰਟ, ਓਕੇ ਜੀ ਸਾਰਾ ਕੁਛ ਕਰੋ, ਸੋਰੀ ਉੱਤੇ ਨਹੀਂ ਕੀਤਾ ਹੋਇਆ ਕੈਮਰਾ, ਨੋ ਪਾਰਕਿੰਗ ਬਿਯੋਂਡ ਦਿਸ ਪੁਆਇੰਟ। ਉੱਧਰ ਪਿੱਛੇ ਗਰਾਜ ਜੇ ਬਣੇ ਹੋਏ ਆ, ਚਲੋ ਫਿਰ ਜੀ ਅੰਦਰ ਜਾ ਕੇ ਦੇਖਦੇ ਹਾਂ। ਹੁਣ ਆਪਾਂ ਤੁਰੀ ਜਾਂਦੇ ਹਾਂ ਉੱਧਰ ਨੂੰ ਉੱਤੇ ਉੱਤੇ ਡੈਮ ਦੇਖਣ, ਉਹ ਬਿਲਡਿੰਗ ਦੇਖ ਸਕਦੇ ਉੱਧਰ ਡੈਮ ਦੀ, ਬਹੁਤ ਜਾਣੇ ਨੇ ਸਾਈਕਲ ਲੈ ਕੇ ਆਉਂਦੇ ਹੋਏ ਇੱਥੇ ਚਲਾਉਣ ਨੂੰ। ਹੁਣ ਪੁੱਤੀ ਚੜ੍ਹਕੀ ਜਾਂਦੇ ਜਾ, ਨੋ ਵਿਜ਼ਿਟਰ ਵਹੀਕਲ, ਚਲੋ ਦੇਖੀ ਉੱਤੇ ਹੋ ਕੇ ਹੁਣ ਜਾਈ ਜਾਂਦੇ। ਉਹ ਬਿਲਡਿੰਗ ਆ ਹੋ ਵੇਖੋ ਪਾਣੀ ਦੇਖ ਲਓ, ਏਰੀਆ ਸਾਰਾ ਪਾਣੀ, ਹੁਣ ਉੱਥੇ ਚੱਲੀ ਨੇ। ਹੋਰ ਲਿਖਿਆ 7 Sisters 7 Sisters, ਇੱਧਰ ਸਾਰਾ ਵੀ ਉਹ ਗੱਡੀ ਆ ਗਈ ਸੀ ਇੱਧਰ ਨੂੰ ਆਪਾਂ ਸਾਈਡ ਨੂੰ, ਉਹ ਵੇਖੋ ਪਾਣੀ ਆ ਗਿਆ, ਉਹ ਵੇਖੋ ਪਾਣੀ ਦੇਖਦਾ ਵਾ,
ਗੱਡੀ ਵੜ ਜਾਂਦੇ ਵਿੱਚ देखे चलो मैं तुम्हें है ना कॉमेंट डिस्क्रिप्शन लिख दूंगा यदा की आड्रैस पर आके तुम विनीपैग देख के जाओ ये बहुत मज़ेदार है देखो पानी फिर कह येलो जी रिंग जी पाई हुई है देखो रिंग सारे किसी पाई ये पानी बोला वा ये डूंगा भी बहुत होगा यार डूंगा बहुत होगा पिछे तक कितने तक चले आता पानी एंड ही नहीं होता देखो कितने तक चलिया कैमरा भी नहीं मेरा जूम इन कर दे इतना बाला इधर तक बहुत पानी है बहुत हम आप गां जाई आने डर बहुत लगता वा जे कि क्रैक रूप के पड़ जाने तो डर लग जाने इधरों घट पानी निकलता वा देख सकते हैं इधरों घट पानी निकलता वा पर जो उधरला पासा से उधर ना ज्यादा पानी है देखने वो सेवन सिस्टर लिखा है उत्थे उत्ते नंबर जिहा फिर पोस्टर जे बने हुए आ उधर कुछ सप्प देखा सी एक आप देखो इन्ना पानी वाला वो देखो थले स्ट्रीम है पानी वाला इधर भी बथेरा पानी उधर लाइटा ले
ਆ ਇਧਰ ਪਾਣੀ ਇੰਨਾ ਵਾ ਤੇ ਫਿਰ ਆ ਹੀ ਦੇਖੋ ਆ ਸਾਰੇ ਮੈਨੂੰ ਪਹਿਲਾਂ ਜਦੋਂ ਮੈਂ ਤੈਨੂੰ ਸਿਖਣ ਕੇ ਆਈ ਸੀ ਨਾ ਵਿੱਚ ਫੜਨ ਲੱਗੇ ਮੈਨੂੰ ਆ ਸਾਰੇ ਰੋਟੀ ਜਿਹੜਾ ਗਾਰਬੇਜ ਹੋ ਗਿਆ ਪਰ ਗਾਰਬੇਜ ਨਹੀਂ ਸੀਗਾ ਇਹ ਸਾਰੇ ਜੋ ਰੋੜੇ ਲੈਣ ਆ ਉੱਤੇ ਬਸ ਫਸਿਆ ਹੋਇਆ ਸੀਗਾ ਪਾਣੀ ਬਹੁਤ ਬਾਅਦ ਬਣਾਉਣਾ ਲੱਗ ਗਿਆ ਫੁੱਲ ਡੁੱਲ ਕੇ ਹੁਣ ਆ ਦੇਖੋ ਇੱਥੇ ਆ ਕੇ ਦੇਖੋ होगा जिथो की पानी निकलता आवाज देखो कि बना वा सो ये पानी उधरों आता वा उतो आता वा देखो उत्ते तक सारे नंबर लिखे हुए उत्ते हाइट इन्हों की मशीनरी बहुत तकड़ी है इतने पानी उतो पानी है ना इधर भी आ जाता है भर के इन्ना ज्यादा ओवरफ्लो हो जाता तो इधर आ जाता ये थल्यो दी जो लैंड है ये कट के इधर लिया मूहरे कोई साइन जा लग्या हो नाले एक चीज आ जी बिल्डिंग है ना ये बहुत ज्यादा पुरानी बिल्डिंग बिल्डिंग दोनों है ना 1949 दी बनिया हुई वा बहुत ज्यादा पुरानी तो उमें ही हले भी तकड़िया बहुत आते बस खड़े हुए उमें जहाँ देखो जब नेड़े दिख रहे वो देखो 1949 नाल लिखा हुआ वा सेवन सिस्टर्स दे सारा पानी है ओ इधर देखो कितना पानी है पानी इन्नी जोर नाल जांदा ओ सॉरी पानी इन्नी जोर नाल जांदा भी इथो आ देखो इथो भी ऊपर तक पास चले आता पानी बहुत निकलता आवाज इन्नी ज्यादा बनाते कि पता सॉरी सॉरी जे थोड़े तो है ना सुनता नहीं है पर उत्त तक वो देखो गड्डिया बहुत इंप्रेस्ड है किन्नी किन्नी तक कितने तक हले डिगी भी नहीं बिल्डिंग है 1949 डिगी नहीं हले तक उमें चली आता है डैम पूरा हले बहुत मजेदार है देखो उमें चली आता वा तो फन फैक्ट ये मेरी है ना पहली बार अभी मैं ये है ना एक डैम देखा मैं पहली बार देखा हुआ डैम है पूरा मजेदार इधर आप पानी देख सकते कि ज्यादा पानी आ तो फिर इधर हस्ते इधर जब जमा नहीं पानी है बस आ पानी तो नहीं हमें इधर की बाजी इतनी इतनी ज्यादा बंदी है हवा भी बहुत अच्छी उत्ते पानी भी कितने तक आया हुआ वा जब बैक जाने जिम्मे अपनी गड्डी को है ना वो गड्डी अपना इन्ना नीवी है ना जिम्मे लैंड उधर इधर पानी बस कितने तक भरिया हुआ वा देखो उधर भी मतलब सेम चीज आ पर उधर थोड़ा पानी वाद है इधर देखो जी ये अपना व्यू आप पिकनिक करने उधर पानी आ पानी सारा इधर उत्ते अपना सारी गड्डी पुरानी सारी पाठी हो जाती है पार्क या बैक फिर आप उधर भी देखा डैम का मुरला पासा कि मैं पानी किमें डोलता सर चलो जी देखिए आ देखो जी हम आप जान लगे हाँ आह एक कैंपिंग वाली स्पॉट आ तो हम आप पानी देख चलन लगे इधर न बहुत पैथ होगा जी तो जावे ओ वेखो पानी 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 इतने तो पानी देख बाबा ए तो बाद आप है ना गड्डी ट्रिप के उत्ते जावे जिद उत्ते जा सकते हैं फिर आप हूवर डैम का मूरला पासा देख सकते जिधरों की पानी आता वा क्या देखो आह थले जाई आने जेड़ा भी आ पाथ होए पानी तक देखो
ਥੱਲੇ ਦੀ ਪੂਰਾ ਪੱਕੇ ਰੋੜੇ ਲੱਗੇ ਹੋਏ ਆ ਇੱਥੇ ਇਹ ਰਸਤਾ ਜਾਂਦਾ ਵਾ ਪਾਣੀ ਵੱਲ ਆਦੇ ਇਹ ਰੋੜੇ ਆ ਉਹ ਤੇ ਗਾਂ ਪਾਣੀ ਆ ਗਿਆ ਵਿੱਚ ਡੱਕਾਂ ਵੀ ਫਿਰਦੀਆਂ ਵਾ ਆਦੇ ਥੱਲੇ ਦੀ ਜਾਂਦੇ ਇੱਥੇ ਹੈ ਨਾ ਜਿਵੇਂ ਬਹੁਤ ਸਲਿਪਰੀ ਹੋ ਜਾਂਦਾ ਵਾ ਤੁਸੀਂ ਧਿਆਨ ਨਾਲ ਆਓ ਮੈਂ ਰਿਕਮੈਂਡ ਕਰਦਾ ਵਾਂ ਵੀ ਤੁਸੀਂ ਇੱਥੇ ਆਓ ਅਤੇ ਘੁੰਮ ਕੇ ਜਾਓ ਵਿਨੀਪੈਗ ਦੇ ਵਿੱਚ ਇਹ ਆਹ ਵੇਖੋ ਜੀ ਉਦੋਂ ਤੱਕ ਜਿਹੜਾ ਉਹ ਏਰੀਆ ਵਾ ਉੱਧਰ ਦੀ ਉੱਧਰ ਡੈਮ ਆ ਅਤੇ ਇੱਧਰ ਦੀ ਆਓ ਇੱਧਰ ਹੋਰ ਪਾਣੀ ਆ ਜਿਹੜਾ ਵੱਜਦਾ ਵਾ ਆਹ ਲੇਕ ਬਹੁਤ ਵੱਡੀ ਜਿਵੇਂ ਇਹ ਲੇਕ ਆ ਇੱਕ ਚਲੋ ਹੁਣ ਗਾਂਹ ਚਲੀਏ ਥੱਲੇ ਥੱਲੇ ਦੀ ਇਹਦੇ ਦੇਖੋ ਉੱਧਰ ਦੀ ਥੱਲੇ ਦੀ ਧਿਆਨ ਨਾਲ ਲਾਈ ਜਾਂਦੇ ਆ ਪਾਣੀ ਆ ਪਾਣੀ ਪਹਿਲਾਂ ਆ ਕੇ ਵੀ ਦੇਖ ਕੇ ਗਿਆ ਸੀ ਮੈਂ ਬਹੁਤ ਠੰਡਾ ਠੰਡਾ ਪਾਣੀ ਆ ਦੇਖੋ ਜੀ ਦੇਖੋ ਇੱਧਰ ਦੀ ਉਹਨੇ ਪਾਣੀ ਦੇਖਦੇ ਹਾਂ ਠੰਡਾ ਠੰਡਾ ਇੱਧਰ ਦੀ ਬੜਾ ਸਾਫ਼ ਜਿਹਾ ਹੈਗਾ ਨਹੀਂ ਪਰ ਜਿਵੇਂ ਠੰਡਾ ਬਹੁਤ ਆ ਠੰਡਾ ਠੰਡਾ ਵਾ ਆਰਾਮ ਆਉਂਦਾ ਵਾ ਅਤੇ ਉੱਧਰ ਨੂੰ ਡੈਮ ਆ ਤੈਨੂੰ ਆ ਕੇ ਦੇਖ ਲੈਂਦੇ ਹਾਂ ਹੋਰ ਉਹ ਦੇਖੋ ਉੱਧਰ ਨੂੰ ਡੈਮ ਆ ਪਾਣੀ ਬਾਲਾ ਸਾਫ਼ ਜਿਹਾ ਨਹੀਂ ਹੈਗਾ ਪਰ ਫਿਰ ਵੀ ਜਿਵੇਂ ਠੰਡਾ ਠੰਡਾ ਹੈਗਾ ਵਾ ਕੂਲ ਹੀ ਆ ਬਸ ਉਹਨਾਂ ਯਾਰ ਦੇਖ ਉਹ ਵੇਖੋ ਜੀ ਦੇਖੋ ਕਿੰਨੀਆਂ ਡੱਕਾਂ ਬੈਠੀਆਂ ਵਾ ਉਹ ਵੇਖੋ ਅਤੇ ਡੱਕਾਂ ਬਹੁਤ ਉੱਧਰ ਬੈਠੀਆਂ ਵਾ ਪਹਿਲਾਂ ਇੱਧਰ ਵੀ ਬੈਠੀਆਂ ਸੀ ਪਰ ਫਿਰ ਉੱਧਰ ਨੂੰ ਚਲੇ ਗਈਆਂ ਹੁਣ ਚਲੋ ਜੀ ਆਪਾਂ ਉੱਤੇ ਜਾ ਕੇ ਚਲੀਏ ਜੀ ਹੁਣ ਆਹ ਦੇਖੋ ਆਪਾਂ ਆਏ ਹਾਂ ਡੈਮ ਦੇ ਜਮ੍ਹਾਂ ਸਾਹਮਣੇ ਵੇਖੋ ਜੀ ਆਹ ਦੇਖੋ ਉੱਥੋਂ ਦੀ ਪਾਣੀ ਡੁੱਲਦਾ ਵਾ ਮੂਰੋਂ ਦੀ ਅਤੇ ਉੱਥੇ ਥੱਲੇ ਉੱਥੇ ਜਾਂਦੇ ਜਿੱਧਰ ਹੈ ਨਾ ਉੱਥੇ ਆਪਾਂ ਜਾ ਸਕਦੇ ਤਾਂ ਉੱਥੇ ਆਪਾਂ ਜਾਵਾਂਗੇ ਹੈ ਨਾ ਇੱਧਰ ਦੀ ਸਾਰਾ ਦੇਖੋ ਜੀ ਪਾਣੀ ਕਿੰਨਾ ਵਾ ਇਹਨਾਂ ਨੇ ਡੇਂਜਰ ਵਾਲਾ ਲਾਇਆ ਹੋਇਆ ਵਾ ਅਤੇ ਇੱਕ ਚੀਜ਼ ਉਹ ਥੱਲੇ ਪੜ੍ਹ ਸਕਦੇ ਆ ਹੈ ਨਾ ਸਾਇਰਨਸ ਹੈ ਨਾ ਇਸੇ ਸਾਇਰਨ ਚੱਲਣ ਲੱਗ ਜਾਂਦੇ ਜਦੋਂ ਰੈਪਿਡ ਚੇਂਜ ਹੋ ਜਾਂਦੇ ਜਦੋਂ ਇਹ ਜਿਵੇਂ ਉੱਤੇ ਰਾਈਜ਼ ਹੋਣ ਲੱਗ ਜਾਂਦਾ ਪਾਣੀ ਇੱਥੇ ਜਦੋਂ ਉੱਤੇ ਨੂੰ ਆਉਣ ਲੱਗ ਜਾਂਦਾ ਤਾਂ ਹੈ ਨਾ ਸਾਇਰਨ ਚੱਲ ਪੈਂਦੇ ਹਾਂਜੀ ਚਲੋ ਦੇਖਾਂਗੇ ਆਪਾਂ ਹੈ ਨਾ ਜਾਂਦੇ ਹਾਂ ਹੁਣ ਗਾਂ ਦੇਖੋ ਆਪਾਂ ਥੋੜ੍ਹੇ ਥੱਲੇ ਜਾਂਦੇ ਇੱਥੇ ਦੀ ਗੱਡੀ ਜਾਸਦੀ ਉਹ ਗੱਡੀ ਖੜ੍ਹੀ ਆ ਇੱਥੇ ਉਹ ਦੇਖੋ ਉੱਥੋਂ ਦੀ ਪਾਣੀ ਨਿਕਲਦਾ ਜਿਹੜਾ ਆਪਾਂ ਸਟਾਰਟ ਵੀਡੀਓ ਦੇ ਜਦੋਂ ਦੇਖਿਆ ਸੀ ਹੈ ਨਾ ਪਾਣੀ ਜਿਹੜਾ ਉੱਧਰੋਂ ਦੀ ਸੀ ਉਹ ਸਾਰਾ ਪਾਣੀ ਇੱਧਰ ਨੂੰ ਆ ਜਾਂਦਾ ਅਤੇ ਫਿਰ ਇੱਧਰ ਆਈ ਉਹ ਵੱਡੀ ਸਾਰੀ ਬਿਲਡਿੰਗ ਇਹ ਸੀ 1949 ਦੀ ਵੇਖੋ ਕਿੰਨੀ ਕਿੰਨੀ ਪੁਰਾਣੀ ਬਿਲਡਿੰਗ ਇਹ ਜਾ ਕੇ ਦੇਖਣ ਲੱਗੇ ਹਾਂ ਵੀ ਪਾਣੀ ਕਿਉਂ ਜਾ ਵਾ ਪਾਥ ਹੋਏ ਦੇ ਥੱਲੇ ਜਾਵਾਂਗੇ ਚਲੋ ਚਲੀ ਜਾਂਦੇ ਬੈਕ ਥੱਲੇ ਰੋੜੇ ਬਹੁਤ ਤਾਂ ਔਖਾ ਵਾ ਚੱਲਣ ਨੂੰ ਥੱਲੇ ਪਰ ਉੱਥੇ ਤਾਂ ਹੋਰ ਵੱਡੇ ਰੋੜੇ ਆਈ ਜਾਂਦੇ ਆ ਜਦੋਂ ਆਪਾਂ ਉੱਧਰ ਬ੍ਰਿਜ ਜਦੋਂ ਉੱਤੇ ਸੀਗੇ ਡੈਮ ਦੇ ਖੜ੍ਹੇ
ਮੈਨੂੰ ਤਾਂ ਐ ਲੱਗਿਆ ਜਿਵੇਂ ਇਹ ਜਿਹੜੀ ਬਿਲਡਿੰਗ ਹੈ ਇੱਧਰ ਆਹ ਬਿਲਡਿੰਗ ਆ ਮੈਨੂੰ ਤਾਂ ਇਹ ਛੋਟੀ ਜਿਹੀ ਲੱਗੀ ਵੀ ਛੋਟੀ ਜਿਹੀ ਹੋਗੀ ਜਦੋਂ ਇੱਧਰ ਉਹ ਥੱਲੇ ਸਲਿਪ ਹੋਣ ਲੱਗੀ ਸੀ ਜਦੋਂ ਇੱਧਰ ਥੱਲੇ ਆਉਂਦੇ ਹਾਂ ਤਾਂ ਇੱਧਰ ਸਾਹਮਣੇ ਆਉਂਦੇ ਤਾਂ ਪਤਾ ਲੱਗਦਾ ਵਾ ਕਿੱਡੀ ਵੱਡੀ ਆ ਡੈਮ ਇਹ ਸੈਵਨ ਸਿਸਟਰਸ ਡੈਮ ਆ ਬਸ ਆਪਾਂ ਚਲੀ ਜਾਂਦੇ ਹਾਂ ਹੁਣ ਆਹ ਵੇਖੋ ਰੋੜੇ ਆ ਗਏ ਇਹਨਾਂ ਨੂੰ ਪਾਰ ਕਰਨਾ ਵਾ ਹੁਣ ਕਰੀਏ ਉਦੋਂ ਹੀ ਆਪਾਂ ਹੈ ਨਾ ਰੋੜੇ ਪਾਸ ਕਰਦੇ ਹੁਣ ਥੱਲੇ ਜਾਈ ਜਾਂਦੇ ਹੋਰ ਕਲੋਜ਼ ਵਿਊ ਕਿੰਨਾ ਸੋਹਣਾ ਵਾ ਡੈਮ ਦਾ ਇਹ ਵੀ ਲੱਗਦਾ ਵਾ ਜਿਵੇਂ ਰੋੜਾ ਹੀ ਆ ਚੱਲੀਏ ਹੋਰ ਥਾਂ ਆਹ ਵੇਖੋ ਆਹ ਦੇ ਸਾਰਾ ਵਿਊ ਆਹ ਵੱਡੇ ਜਿਹੜੇ ਇਹ ਬਿਜਲੀ ਵਾਲੇ ਟਾਵਰ ਆ ਇਹਨੇ ਤਾਂ ਥੱਲੇ ਸੀਮੈਂਟ ਦਾ ਪਾਇਆ ਵਾ ਵੀ ਜੇ ਪਾਣੀ ਹੈ ਨਾ ਫਲੋ ਹੋ ਗਿਆ ਉੱਤੇ ਨੂੰ ਆ ਗਿਆ ਬਾਹਲਾ ਪਾਣੀ ਵੀ ਫਿਰ ਇਹਨਾਂ ਨੂੰ ਬਿਜਲੀ ਵਾਲਿਆਂ ਨੂੰ ਨਾ ਕੁਛ ਲੱਗ ਜੇ ਉੱਧਰ ਦੀ ਆ ਜਾਂਦਾ ਹੁਣ ਜਿਹੜਾ ਇੱਧਰ ਨੂੰ ਆ ਦੇਖੋ ਹੁਣ ਜਿਹੜਾ ਡੈਮ ਆਹ ਵਾ ਜੇ ਆਪਾਂ ਦੇਖਦੇ ਡੈਮ ਦਾ ਇੱਧਰਲਾ ਪਾਸਾ ਆਪਾਂ ਜਦੋਂ ਦੂਜੇ ਏਰੀਆ ਸੀਗੇ ਜਿੱਥੇ ਆਪਾਂ ਦੱਸਦੇ ਸੀ ਵੀ ਇਹ ਡੈਮ ਦਾ ਪਾਣੀ ਆਉਂਦਾ ਉਹ ਡੈਮ ਦਾ ਪਾਣੀ ਇੱਥੋਂ ਆਉਂਦਾ ਵਾ ਜਾਂ ਫਿਰ ਵੀ ਹੈ ਨਾ ਵਾ ਪਾਣੀ ਉੱਧਰੋਂ ਦੀ ਫਲੋ ਹੋ ਕੇ ਜਾਂਦਾ ਅਤੇ ਹੁਣ ਆਪਾਂ ਜਾਂਦੇ ਗਾਂ ਹੋਰ ਡੈਮ ਨੂੰ ਵੀ ਦੇਖੋ ਕਿੰਨੇ ਸਿਰੇ ਦਾ ਵਾ ਬਹੁਤ ਸੋਹਣਾ ਵਾ ਡੇਂਜਰ ਕੀ ਪੋਵੇ ਲਿਖਿਆ ਵਾ ਜੀ ਹੁਣ ਇਹ ਆਪਣਾ ਐਂਡ ਆ ਵੀਡੀਓ ਦਾ ਦੇਖੋ ਜੀ ਔਰ ਆਪਾਂ ਸਾਰਾ ਹੂਵਰ ਆਪਣਾ ਹੂਵਰ ਡੈਮ ਕਹੀ ਜਾਂਦਾ ਵਾ ਸੈਵਨ ਸਿਸਟਰ ਡੈਮ ਸਾਰਾ ਘੁੰਮ ਲਿਆ ਆਪਾਂ ਪ੍ਰੋਵਿੰਸ਼ੀਅਲ ਪਾਰਕ ਵਿੱਚ ਗਏ ਹੈ ਨਾ ਪਿਕਨਿਕ ਜੀ ਕੀਤੀ ਆ ਅਤੇ ਬਹੁਤ ਫਨ ਸੀ ਇੱਥੇ ਕਰਨ ਨੂੰ ਚਲੋ ਜੀ ਲਾਈਕ ਕਰਿਓ ਕਮੈਂਟ ਅਤੇ ਸਬਸਕ੍ਰਾਈਬ ਕਰਨਾ ਭੁੱਲਿਓ ਨਾ ਨਹੀਂ ਤਾਂ ਬਹੁਤ ਬੁਰਾ ਹੋਊਗਾ ਚਲੋ ਜੀ ਸਤਿ ਸ਼੍ਰੀ ਅਕਾਲ।